ਬੱਸ 'ਚ ਬਹਿ ਗਏ ਹੁਣ ਆਪਾਂ ਮੋਬਾਈਲ ਤੋਂ ਮੋਬਾਈਲ ਤੋਂ ਬਹਿ ਕੇ ਉੱਥੇ ਮੋਬਾਈਲ ਵਾਲੀ ਬੱਸ 'ਚ ਬੈਠੇ ਹਾਂ ਮੋਬਾਈਲ ਮੋਬਾਈਲ ਵਾਲੀ ਬੱਸ ਮੋਬਾਈਲ ਉੱਤਰ ਕੇ ਮੋਬਾਈਲ ਤੋਂ ਫਲੌਰ ਫਲੌਰ ਤੋਂ ਬਣਾਏ ਤਾਂ ਤਾਂ ਮੈਂ ਕਿਹਾ ਸਨੀ ਦਾ ਨਾਂ ਤੇ ਜੇ ਲੈ ਲਈ ਇਸ ਚੀਜ਼ ਦੀ ਲੱਗਦੀ ਤਾਂ ਇਟਲੀ ਆ ਲੱਗਦੀ ਤਾਂ ਇਟਲੀ ਆ ਲੱਗਦੀ ਨਹੀਂ ਹੈਗੀ ਲੋ ਜੀ ਅੰਦਰ ਇੱਥੇ ਠੰਡਾ ਠੰਡਾ ਮਾਹੌਲ ਆ ਬਈ ਇੱਥੇ ਕਿ ਠੰਡਾ ਠੰਡਾ ਮਾਹੌਲ ਆ ਚਲੋ ਸਾਡੇ ਤੋਂ ਕੋਈ ਲਗੇਜ ਹੈ ਨਹੀਂ ਸੀ ਇੱਧਰ ਬੰਦੇ ਲਗੇ ਜਿਹੜੀ ਕਿਤੇ ਹੁਣ ਆਪਾਂ ਚੱਲੇ ਹਾਂ ਭਰਾ ਨੂੰ ਮਿਲਣ ਏਅਰਪੋਰਟ ਵੀ ਤੁਹਾਨੂੰ ਹੁਣ ਦਿਖਾਉਂਦੇ ਥੋੜ੍ਹਾ ਜਿਹਾ ਯਾਰ ਉੱਦਾਂ ਖੁੱਲ੍ਹਾ ਡੁੱਲਾ ਜਿਹਾ ਮਾਹੌਲ ਏਅਰਪੋਰਟ ਤੋਂ ਬਾਹਰ ਨਿਕਲਣਾ ਤੇ ਸਾਡਾ ਵੱਡਾ ਬਾਈ ਜੀ ਆ ਰਿਹਾ ਸਾਨੂੰ ਲੈ ਉਹ ਲਿਆਉਂਦਾ ਹੋਰ ਵੀਰਾ ਜੀ ਲਓ ਜੀ ਭਰਾ ਮਿਲ ਪਿਆ ਆਪਾਂ ਨੂੰ ਤੇ ਹਾਲ ਹੈ ਜੀ ਗਰਮੀ ਬਹੁਤ ਆ ਰਮਨ ਯਾਰ ਤੁਹਾਡੇ ਇਟਲੀ ਦੇ ਵਿੱਚ ਗਰਮੀ ਬਹੁਤ ਆ 35-36 ਹੋਣਾ ਅੱਜ 35-36 ਡਿਗਰੀ ਟੈਂਪਰੇਚਰ ਆ ਓ ਸਾਡੇ ਥੋੜ੍ਹਾ ਉੱਦਾਂ ਘੱਟ ਹੈ ਤਿੱਖੀ ਆ ਪਰ ਉੱਥੇ ਕਰੋਸ਼ੀਆ 'ਚ ਵੀ ਬੱਦਲ ਹੋਇਆ ਵਧੀਆ ਆ ਘੈਂਟ ਆ ਉੱਦਾਂ ਇਟਲੀ ਵੀ ਹਾਂ ਹੌਲੀ ਹੌਲੀ ਆਪਾਂ ਅਪਡੇਟਸ ਦਿੰਦੇ ਰਹਾਂਗੇ ਤੁਹਾਨੂੰ ਮਿਲਦੇ ਹਾਂ ਹਾਂ ਸਾਰਾ ਨਵਾਂ ਬਣਿਆ ਜੀ ਭਰਾ ਦੱਸ ਰਹੇ ਨਵਾਂ ਬਣਿਆ ਸਾਰਾ ਹੀ ਹੋਣਾ 2 ਕੁ ਮਹੀਨੇ ਜੀ ਕਹਿੰਦੇ ਕਰਤਾ ਕੰਪਲੀਟ ਇਹਨਾਂ ਨੇ ਲਓ ਜੀ ਓਰੀਓ ਦਾ ਸਲੈਰੀਓ ਇਹ ਹੀ ਆ ਓਰੀਓ ਸੈਂਟਰ 'ਚ ਆ ਬਹੁਤ ਵੱਡਾ ਮੋਲ ਹੈ ਜਿੱਦਾਂ ਕਰੋਸ਼ੀਆ ਦੇ ਵਿੱਚ ਆ ਜੈੱਡ ਸੈਂਟਰ ਸਿਟੀ ਸੈਂਟਰ ਵਗੈਰਾ ਨਾ ਇੱਥੇ ਇਹ ਬਹੁਤ ਵੱਡਾ ਮੋਲ ਹੈ ਵੀ ਆਪਾਂ ਘੁੰਮਾਂਗੇ ਅੰਦਰ ਦਿਖਾਵਾਂਗੇ ਤੁਹਾਨੂੰ ਗੱਲ ਦੀ ਵੀਰਾ ਜੀ ਇੱਧਰਲੇ ਪਾਸੇ ਬਹਿਣਾ ਤੁਸੀਂ ਇੱਧਰਲੇ ਪਾਸੇ ਵੀਰਾ ਜੀ ਇੱਧਰਲੇ ਪਾਸੇ ਚਲੋ ਜੀ
ਕਾਪੀਰਾਈਟ ਲੱਗਣ ਦਾ ਖਤਰਾ ਰਹਿੰਦਾ ਹੈ ਨਾ ਇਹ। ਲਓ ਜੀ ਥੱਲੇ ਗਰਾਜ 'ਚ ਪਹੁੰਚ ਗਏ ਆਪਾਂ। ਰੇਵਨ ਪੁੱਤ ਆ ਗਿਆ, ਹੁਣ ਤਾਂ ਵੱਡਾ ਹੋ ਗਿਆ, ਚਿੱਤਾ ਵੀ ਭੁੱਲ ਗਿਆ ਹੁਣ ਤਾਂ ਮੈਨੂੰ ਚੱਕਣ ਵਾਲਾ ਹੈਗਾ ਹੁਣ। ਕਿੱਦਾਂ ਫੇ ਠੀਕ ਆ ਪੁੱਤ? ਆਜਾ ਮੇਰਾ ਰੇਵਨ, ਹੁਣ ਤਾਂ ਫੇ ਛੁੱਟੀਆਂ ਹੈ ਨਾ, ਛੁੱਟੀਆਂ ਕਿਹੜੀ ਛੁੱਟੀ ਹੁਣ? ਹਾਂਜੀ ਇੰਡੀਆ ਮਿਸ ਕਰਦਾ ਜੀ। ਅੱਛਾ ਓਕੇ। ਆ ਨੀਲੇ ਨੀਲੇ ਚਾਚੇ ਨੂੰ ਕੁਛ ਕਹਿਣਾ ਤਾਂ ਦੱਸਦੇ, ਨੀਲੇ ਨੂੰ ਭੇਜ ਦੇ ਆਪਾਂ ਵੀਡੀਓ ਤੇ। ਵਾਹ ਵਾਟ ਆ ਫ੍ਰੈਗਰੈਂਸ, ਕਹਿਣ ਡਿਆ ਭਰਾ ਦਾ ਘਰ ਵੀ ਦੇਖੋ। ਆ ਲੈ ਵੀ ਇੰਡੀਆ ਵਾਲੀ ਫੀਲਿੰਗ ਆਈ, ਐਂ ਲੱਗੂ ਇੰਡੀਆ ਵਾਲੀ ਫੀਲਿੰਗ ਆਈ ਆਈ ਨਾ ਇੰਡੀਆ ਵਾਲੀ ਫੀਲਿੰਗ ਆਏ ਹਾਏ ਹਾਏ। ਦੇਖੋ ਭਾਬੇ ਸਾਡੀ ਨੇ ਕਿਆ ਕਿਆ ਆਈਟਮਾਂ ਬਣਾਈਆਂ ਦੇਖੋ। ਇੰਡੀਆ 'ਚ ਇੱਥੇ ਆ ਗਏ ਨਾ, ਸਲਾਦ ਦੇਖ ਕੇ, ਪਨੀਰ ਦੇਖ ਕੇ, ਖੱਟਾ ਬੂੰਦੀ ਆ ਪਕੌੜੀਆਂ ਜਿਹੜੀਆਂ ਦੇਖ ਕੇ ਚੇਤਾ ਆਇਆ ਹੁਣ ਇੰਡੀਆ। ਆ ਲੈ ਵੀ ਲਓ ਵੀ ਚਟਨੀ, ਹੁਣ ਇੰਡੀਆ ਵਾਲੀ ਪੂਰੀਆਂ ਫੀਲਿੰਗਾਂ ਆ ਰਹੀਆਂ ਆ। ਅਤੇ ਆਹ ਦੇਖੋ ਜੀ ਬਤਾਵਾਂ ਦੀ ਸਬਜ਼ੀ, ਚਿੱਟੇ ਬੈਂਗਣ, ਵਾਹ ਜੀ ਵਾਹ। ਜਿਹਨੇ ਖਾਣੇ ਤਾਂ ਆ ਜਾ ਫਿਰ ਨਾ, ਕਈ ਦੱਸਿਆ ਨਹੀਂ ਸੀਗਾ ਹੈ ਨਾ, ਘੈਂਟ ਆ ਭਰਾ। ਸਾਡੇ ਤਾਂ ਉੱਥੇ ਮਿਰਚਾਂ ਪਿੱਛੇ ਲੜਦੇ ਰਹਿੰਦੇ ਆ, ਮਿਰਚਾਂ ਨਹੀਂ ਲੱਭਦੀਆਂ ਉੱਥੇ, ਇੱਥੇ ਤਾਂ ਖੁੱਲੀਆਂ ਵਾ। ਸਾਨੂੰ ਨਾ ਆਹ ਚੇਤੇ ਆ ਗਿਆ ਸਾਡੀ ਡਿਲੀਵਰੀ ਵਾਲੇ ਤੇ, ਜਿੱਦਾਂ ਹੁਣ ਰਮਨਦੀਪ ਸਿੰਘ ਨਾ ਹੈ ਨਾ ਭਰਾ ਦਾ, ਸਾਨੂੰ ਉੱਥੇ ਜਦੋਂ ਅਸੀਂ ਡਿਲੀਵਰੀ ਕਰਨ ਚਾਹੀਦਾ, ਇਹਨੂੰ ਪੁੱਛ ਕਰਕੇ ਅੰਦਰ ਜਾ ਕੇ ਬੈਲ ਉਹਦੇ ਕਮਰੇ 'ਚ ਵੱਜਣੀ, ਫਿਰ ਉਹਨਾਂ ਨੇ ਖੋਲ ਦੇਣਾ ਉਹਦੇ ਕੈਮਰਾ ਲੱਗਾ। ਉਹ ਸਾਡੇ ਉਸਤਾਦ ਜੀ ਆਏ ਸੀ ਮੈਨ ਸਪੈਸ਼ਲ, ਇਹ ਇੱਥੇ ਪੀਜ਼ਿਆਂ ਦਾ ਕੰਮ ਕਰਦੇ ਆ। ਤਾਂ ਘਰ ਤਾਂ ਉੱਦਾਂ ਕਦੇ ਤਕਰੀਬਨ ਜਿੱਦਾਂ ਨੇ ਆਪਣੇ ਉੱਥੇ ਕਰੋਸ਼ੀਆ ਨਾ, ਉੱਦਾਂ ਕਦੇ ਘਰ ਆ ਤਕਰੀਬਨ। ਉਸਤਾਦ ਜੀ ਬੀਮਰ ਆਪਣੀ ਮੋੜਦੇ ਆ, ਤੇ ਉਹਨੇ ਥੋੜੇ ਟਾਈਮ ਦੇ ਵਿੱਚ ਆ ਕੇ ਮਿਲ ਗਏ ਆਪਾਂ। ਓਕੇ ਦੇਖੋ ਤਾਂ ਫਿਰ ਪੰਜਾਬੀ ਮਿਲਣੇ ਸ਼ੁਰੂ ਹੋਏਗਾ ਨਾ ਇਟਲੀ 'ਚ ਪੜ੍ਹਦਿਆਂ ਨੂੰ ਆਪਾਂ ਨੂੰ, ਹੈ ਨਾ। ਉੱਥੇ ਹਾਲੇ ਇੰਨਾ ਕੋਈ ਨਹੀਂ ਜਾਣਦਾ, ਆਪਾਂ ਪੰਜਾਬੀ ਤਾਂ ਮਿਲਦੇ ਪਰ ਆਪਣੇ ਨਹੀਂ ਹੁੰਦੇ, ਲੋਕਲ ਨਹੀਂ ਹੈਗੇ ਸੀ ਸਾਡੇ ਉੱਥੇ। ਗਰਮੀ ਉੱਥੇ ਨਾਲ ਸਾਨੂੰ ਜ਼ਿਆਦਾ ਫੀਲ ਹੁੰਦਾ, ਉੱਦਾਂ ਦੀ ਗਰਮੀ ਇੱਥੇ ਵੀ ਗਰਮੀ ਹੈਗੀ ਆ। ਉਹ ਵੀ ਜਿੱਦਾਂ ਸਾਡੇ ਉੱਥੇ ਕਰੋਸ਼ੀਆ 'ਚ ਹੈਗੀ ਆ ਕੌਫਲੈਂਡ, ਸਪਾਰ, ਕੌਨਜੂਮ, ਇੱਥੇ ਕੋਨੈਟ ਵੀ ਹੈਗੀ ਆ, ਕੋਈ ਨਵੀਂ ਸਿੱਖਣ ਨੂੰ ਮਿਲੀ ਆ ਜੀ। ਇੱਥੇ ਕਹਿੰਦੇ ਬਹੁਤ ਮਸ਼ਹੂਰ ਆ ਚੌਂਕ ਜਿਹਾ, ਇਹ ਵੀ ਪੁੱਛੂਗੇ। ਵਾਈਨ ਦਾ ਡਰੰਮ ਜਿਹਾ ਰੱਖਿਆ ਇੱਥੇ, ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੋਣਾ। ਆਹ ਲਿਡਲ ਵੀ ਹੈਗੀ ਆ, ਇਹ ਵੀ ਲਿਡਲ ਵੀ ਬਹੁਤ ਮਸ਼ਹੂਰ ਆ ਉੱਥੇ। ਹੌਲੀ ਹੌਲੀ ਹੋਊਗਾ।
ਗਰਮੀ ਚ ਤਾਂ ਹੋ ਜਾਣਾ ਓਦਾਂ, ਪਰ ਇਦਾਂ ਵੀ ਆਪਣਾ ਅੰਦਰ ਚੱਲ ਏਸੀ ਚੱਲਦਾ ਕਰਕੇ ਨਹੀਂ ਅੱਖਰ ਦੇਖੋ ਇੰਜਣ ਕਿੰਨਾ ਪੁਰਾਣਾ ਆ, ਠੰਡੀ ਠੰਡੀ ਹਵਾ ਆ ਰਹੀ ਆ ਪਾਣੀ ਦੀ। ਸ਼ਿਪ ਦੇਖੋ ਕਿੱਡਾ ਆਇਆ ਨਾ, ਇਹ ਘੁਮਾ ਕੇ ਲਿਆਇਆ ਲੋਕਾਂ ਨੂੰ ਆਲੇ ਦੁਆਲੇ ਤੇ ਸਾਰੇ। ਘੈਂਟ ਗੱਲਬਾਤ ਇੱਧਰਲੀ ਵੀ ਹੈ ਨਾ ਬਈ। ਰਮਨਜੀਤ ਸਿੰਘ ਕਿਹੜਾ ਪਿੰਡ ਕਿਹੜਾ ਇਹ? ਸਿਰਮਿਓਨੇ। ਸਿਰਮਿਓਨੇ, ਓਕੇ। ਉਹਦੀ ਲੇਕ ਸੀਗੀ, ਉਹਦਾ ਨਾਮ ਕੀ ਆ? ਲੇਕ ਗਾਰਦਾ। ਲੇਕ ਗਾਰਦਾ, ਓਕੇ। ਬਹੁਤ ਘੈਂਟ ਆ ਬਈ, ਇੰਨਾ ਗਰਮੀ ਦਾ ਅਸਰ ਦੇਖ ਲਓ ਸਾਡਾ, ਕਾਲਾ ਪੀਲਾ ਜਿਹਾ ਹੋ ਗਿਆ ਸਾ। ਸਾਨੂੰ ਕੁਛ ਸਾਡਾ
ਦੇਖੋ ਤਾਂ ਹੈਗਾ ਨਾ ਮੇਲਾ ਹੁੰਦਾ ਜਿੱਦਾਂ ਆਪਣੇ ਇੰਡੀਆ ਮੇਲਾ ਹੁੰਦਾ ਇੱਦਾਂ ਲੱਗੀਆਂ ਹੁੰਦੀਆਂ ਵਾ ਸ਼ੋਪਾਂ ਸੱਚੀ ਮੈਨੂੰ ਤਾਂ ਮੌਸਾ ਵਾਲੇ ਮੇਲੇ ਦੀ ਆ ਗਈ ਯਾਦ ਪੈਲਕੀ ਵਾਲੇ ਮੇਲੇ ਦੀ ਹੁਣ ਉੱਥੇ ਤਾਂ ਅਸੀਂ ਰਹੇ ਨਹੀਂ ਹੁਣ ਇਹ ਮੇਲਾ ਉੱਤੇ ਰਿਹਾ ਹੁਣ ਆਹ ਮੇਲੇ ਆ ਚਲੋ ਸਾਡੇ ਨਾ ਬੈਲਗੀ ਵਾਲਾ ਮੇਲਾ ਪਹਿਲੀ ਵਾਰੀ ਮਿਸ ਹੋਇਆ ਮੇਰੇ ਤੋਂ ਵੱਡੀ ਲੇਕ ਆ ਸਾਊਂਡ ਦੇਖੋ ਸਾਊਂਡ ਦੇਖੋ ਪਾਣੀ ਦਾ ਕਿੰਨਾ ਵਧੀਆ ਆ ਰਿਹਾ ਵਾਹ ਮੱਛੀਆਂ ਹੈਗੀਆਂ ਛੋਟੀਆਂ ਵੋਲਟ ਨਹੀਂ ਟੱਕਰਿਆ ਸਾਨੂੰ ਗਲੋਬੋ ਮਿਲਿਆ ਅੱਜ ਇਟਲੀ ਦੇ ਵਿੱਚ ਵੀ ਹੈਗਾ ਜਿੰਦਗੀ ਦਾ ਭਰਾਵਾ ਆਹੀ ਜੀਣ ਆਏ ਆ ਆਪਾਂ ਤਾਂ ਕੱਟਣਾ ਹੀ ਆਏ ਆ ਮੇਰੇ ਤਾਂ ਲੈਂਦੇ ਕਿ ਨਹੀਂ ਯਾਰ ਸਹੀ ਗੱਲ ਹੈ ਇੱਥੇ ਵੀ ਦਾਣਾ ਪਾਣੀ ਪੂਰਾ ਕਰਨਾ ਅਸੀਂ ਸਵਾਦ ਤਾਂ ਇਹ ਲੈਂਦੇ ਲੋਕ ਇੱਧਰਲੇ ਅਸੀਂ ਕਰੋਸ਼ੀਆ 'ਚ ਵੀ ਆਹੀ ਕੁਛ ਦੇਖਦੇ ਰਹੇ ਇਟਲੀ ਵੀ ਇਹਦੇ ਤਾਂ ਮਤਲਬ ਪੂਰੇ ਯੂਰਪ 'ਚ ਆਹੀ ਆ ਨਾ ਇਹੀ ਇਹਨਾਂ ਦਾ ਅੱਜ ਸਹਿ ਚੜ੍ਹੇ ਆ ਅਤੇ ਅਸੀਂ ਹੌਲੀਡੇ ਕਾਰਨ ਭਰਾ ਤੋਂ ਆ ਗਏ ਇੱਥੇ ਨਜ਼ਾਰੇ ਆਉਂਦਾ ਇੱਥੇ ਯਾਰ ਬੱਸਾਂ
ਦੱਸਿਆ ਤਾਂ ਹੈ ਗੋਣੇ ਹੈ ਹੀ ਆ ਪੁੱਠੇ ਪੁੱਠੇ ਹੀ ਆ ਇਹਨਾਂ ਦੇ ਹੱਥ ਵੀ ਪੁੱਠੇ ਚੱਲਣ ਵਾਲੇ ਲਾਏ ਸੀ ਬਲਗੇ ਦੇ ਵਿੱਚ ਵੀ ਬਟ ਰਹਿ ਨਹੀਂ ਗੁੱਜਰਾਂ ਨੇ ਮੱਝਾਂ ਨੇ ਖਾ ਲਏ ਅੱਧੇ ਕੁ ਲੂਹ 'ਤੇ ਸੋ ਇੱਥੇ ਦੇਖੋ ਨਜ਼ਾਰੇ ਵਾਤਾਵਰਨ ਪ੍ਰੇਮੀ ਜਿਹੜੇ ਆ ਨਾ ਸਾਡੇ ਵੀਰ ਕਮੈਂਟ ਜ਼ਰੂਰ ਕਰਕੇ ਦੱਸੋ ਇੱਦਾਂ ਹੋਣੇ ਚਾਹੀਦੇ ਆਪਣੇ ਵੀ ਮਸੰਮੀਆਂ ਲੱਗੀਆਂ ਦੇਖੋ ਕਿੰਨੇ ਵਧੀਆ ਹੋਊਗਾ ਨਾ ਕੇਅਰ ਕਰਨੀ ਪੈਣੀ ਬਸ ਆਪਾਂ ਨੂੰ ਥੋੜ੍ਹਾ ਜਿਹਾ ਚੇਂਜ ਹੋਣਾ ਪੈਣਾ ਇਹਨਾਂ ਵਾਂਗੂ ਸਾਰੇ ਇਹਨਾਂ ਦੇ ਆਲੇ ਦੁਆਲੇ ਇੱਦਾਂ ਸਾਰੇ ਮਸੰਮੀਆਂ ਵਾਲੇ ਲਾਏ ਕਿੰਨੇ ਵਧੀਆ ਬੂਟੇ ਲੱਗਦੇ ਆ ਫਰੂਟਸ ਲੱਗੇ ਪੂਰੇ ਬਾਕੀ ਨਜ਼ਾਰੇ ਦੇਖੋ ਕੋਈ ਜਗਨ ਵਾਲੀ ਤਾਂ ਹੈਗਾ ਰੌਲਾ ਜਗਨ ਵਾਲਾ ਆਪਣਾ ਦੱਸ ਪਹਿਲਾਂ ਮੈਨੂੰ ਸਾਢੇ ਅੱਠ ਵਜੇ ਵੀ ਦੇਖੋ ਨੀ ਯਾਰ ਇੰਡੀਅਨ ਸਟੋਰ 'ਤੇ ਅਸੀਂ ਆ ਗਏ ਹਾਂ ਇਹ ਆਪਣੇ ਭਰਾ ਦੇ ਪਿੰਡ ਹੀ ਆ ਸ਼ੋਪ ਆਹ ਦੇਖੋ ਉਹਨਾਂ ਦਾ ਪਿੰਡ ਕਹਿੰਦੇ ਹੁਣ ਇੰਡੀਅਨ ਸ਼ੋਪ ਹੈ ਸਾਨੂੰ ਭਾਜੀ ਨੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਪਹਿਲਾਂ ਮੈਂ ਥੋੜ੍ਹਾ ਲੇਟ ਹੋ ਗਿਆ ਆਹ ਪੰਜਾਬੀਆਂ ਦੀ ਸ਼ੋਪਾਂ ਦੇਖ ਲਓ ਇਟਲੀ ਦੇ ਵਿੱਚ ਵੀ ਵੈਰੀ ਨਾਈਸ ਅਖੜੀਆਂ ਵੀ ਪਈਆਂ ਉਹ ਆਪਾਂ ਲੈ ਕੇ ਜਾਵਾਂਗੇ ਬਸ ਬਸ ਥੈਂਕ ਯੂ ਭਾਜੀ ਮੈਂ ਕਿਹਾ ਤੁਹਾਨੂੰ ਦੁਕਾਨ ਦਿਖਾ ਕੇ ਦੱਸ ਸਾਰਾ ਕੁਝ ਮਿਲਦਾ
ਉੱਥੇ ਸ਼ੋਪਾਂ ਜਿਹੜੀਆਂ ਨਾ ਜ਼ਿਆਦਾ ਨੇਪਾਲੀਆਂ ਨੇ ਪਾਈਆਂ ਆ, ਜਾਂ ਕਾਠਮੰਡੂ ਸਟੋਰ ਆ ਉੱਥੇ ਇੱਦਾਂ ਦੀਆਂ ਇੰਡੀਅਨ ਦੀਆਂ ਘੱਟ ਇੰਡੀਆ ਦੀ ਹੈ ਹੀ ਨਹੀਂ ਹੈਗੀ ਅੱਬਲ ਤਾਂ ਹੁਣ ਕਾਠਮੰਡੂ ਉਹਨਾਂ ਦੀਆਂ ਨੇਪਾਲੀਆਂ ਨੇ ਜੋ ਸਾਰੀਆਂ ਚੀਜ਼ਾਂ ਅਵੇਲੇਬਲ ਆ ਉੱਥੇ। ਲੈ ਵੀ ਵੇਰਕਾ ਵਾ ਦੇਸੀ ਕੇ ਲੋ ਲੈ ਵੀ ਸਹੀ ਚ ਵੀ ਹੁਣ ਆਪਣੇ ਸਬਸਕ੍ਰਾਈਬਰ ਵਧਣ ਲੱਗ ਪਏ ਆ। ਆ ਗਿਆ ਆ ਗਿਆ ਆ ਗਿਆ ਬਾਗ ਬੱਕਰੀ ਚਾਏ ਗੁੜ ਵਾਓ ਆ ਅਸੀਂ ਲੈ ਕੇ ਜਾਵਾਂਗੇ ਗੁੜ ਤਾਂ ਬਈ ਗੁੜ ਚੱਕਰ ਆ ਗਈ ਨਾ ਪੰਜਾਬ ਵਾਲੀ ਇੰਡੀਆ ਵਾਲੀ ਫੀਲਿੰਗ ਕੀ ਏ ਸਾਰਾ ਤਕਰੀਬਨ ਸਮਾਨ ਹੈਗਾ ਉਹ ਭਾਜੀ ਹੁਣ ਕਿੱਥੋਂ ਆ ਦਾ ਪੰਜਾਬ ਤੋਂ ਕਿੱਥੋਂ ਆ ਨਵਾਂਸ਼ਹਿਰ ਜੀ ਓ ਨਵਾਂਸ਼ਹਿਰ ਖਾਸ ਹੀ ਨਵਾਂਸ਼ਹਿਰ ਹਾਂਜੀ ਓਕੇ ਸਵੇਰ ਨੂੰ ਨਾ ਨਾ ਨਾ